ਮੇਰੇ ਦੋਸਤੋ ਬਜ਼ੁਰਗੋ ਤੇ ਬੇਲੀਓ ਸੁਲਤਾਨੀ ਸਟੂਡੀਓ ਦੀ ਤਰਫੋਂ ਨਜ਼ੀਰ ਸੁਲਤਾਨੀ ਸਲਾਮ ਅਰਜ਼ ਕਰਦਾ ਏ ਤੇ ਦਾਸਤਾਨ ਪੇਸ਼ ਕੀਤੀ ਜਾ ਰਹੀ ਏ ਦਾਊਦ ਬਾਦਸ਼ਾਹ ਅੱਜ ਇਹਦਾ ਅਸੀਂ 6ਵਾਂ ਹਿੱਸਾ ਪੇਸ਼ ਕਰ ਰਹੇ ਹਾਂ ਸਾਡੇ ਬੜੇ ਬਜ਼ੁਰਗਾਂ ਤੇ ਦੋਸਤਾਂ ਨੇ ਇਹਦੀ ਫਰਮਾਇਸ਼ ਕੀਤੀ ਏ ਬੇਗਪੁਰ ਤੋਂ ਮੁਹੰਮਦ ਮਾਲਕ ਅਟਕ ਦਰਿਆ ਖੈਰਾਬਾਦ ਤੋਂ ਮੁਹੰਮਦ ਅਹਿਸਾਨ ਚੱਕ ਨੰਬਰ 209 ਮੁਰਾਦ ਤੋਂ ਬਾਬਾ ਅਰਸ਼ਾਦ ਉਰਫ ਪੁੰਨੂ ਚੌਧਰੀ ਹਸਨੈਨ ਚੌਧਰੀ ਸਫਿਆਨ ਤੇ ਚੌਧਰੀ ਅਜ਼ਰ ਨੇ ਤੇ ਲਓ ਫਿਰ ਪੇਸ਼ ਕਰਨੇ ਆ ਦਾਸਤਾਨ ਦਾਊਦ ਬਾਦਸ਼ਾਹ ਦਾ 6ਵਾਂ ਹਿੱਸਾ ਜਦੋਂ ਦਾਊਦ ਬਾਦਸ਼ਾਹ ਦੀ ਰੂਹ ਉਹਦੇ ਜਿਸਮ ਦਾ ਸਾਥ ਛੱਡ ਗਈ ਤੇ ਬੇਗਮ ਇੱਕ ਤਾਨਾ ਮਾਰਦੀ ਏ ਤੇ ਕਹਿੰਦੀ ਏ ਪੀਰ ਜੀ ਦੁਨੀਆ ਤੁਹਾਨੂੰ ਮੁਸ਼ਕਲ ਕੁਸ਼ਾ ਕਹਿੰਦੀ ਏ ਮੈਂ ਤੇ ਤਾਂ ਮੰਨਾਂ ਜੇ ਅੱਜ ਮੇਰੀ ਮੁਸ਼ਕਲ ਹੱਲ ਕਰੋ ਪੀਰ ਮੌਲਾ ਅਲੀ ਇਹ ਤਾਨਾ ਸੁਣ ਕੇ ਗੁੱਸੇ ਨਾਲ ਘੋੜੇ ਤੇ ਸਵਾਰ ਹੁੰਦੇ ਨੇ ਤੇ ਕਸਮ ਖਾਂਦੇ ਨੇ ਜਦੋਂ ਤੱਕ ਦੁਸ਼ਮਣਾਂ ਦਾ ਖੂਨ ਮੇਰੇ ਘੋੜੇ ਦੇ ਤਨ ਨਾਲ ਨਾ ਲੱਗਾ ਮੈਂ ਮੈਦਾਨ ਵਿੱਚੋਂ ਬਾਹਰ ਨਹੀਂ ਆਵਾਂਗਾ ਉਹ ਮੈਦਾਨੇ ਜੰਗ ਵਿੱਚ ਜਾ ਕੇ ਕਿਵੇਂ ਦੁਸ਼ਮਣਾਂ 'ਤੇ ਵਾਰ ਕਰਦੇ ਨੇ ਸਾਦਕ ਪੱਟੀ ਪੇਸ਼ ਕਰਦਾ ਹੈ ਲਾਲਾ ਜੀ ਰਿਕਾਰਡ ਕਰਦੇ ਨੇ ਅਤੇ ਦਾਸਤਾਨ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ ਹਜ਼ਰਤ ਚੱਲਿਆ ਜੰਗ ਨੂੰ ਹੁਣ ਦੂਜੀ ਵੈਰੀ ਤੇਗ ਮਿਆਨੋਂ ਖਿੱਚ ਲਈ ਬਿਜਲੀ ਚਮਕਾਰੀ ਆ ਗਏ ਵਿੱਚ ਮੈਦਾਨ ਦੇ ਕਰ ਯਾਦ ਜਬਾਰੀ ਕਹਿੰਦਾ ਮੌਲਾ ਪੀਰ ਮੈਨੂੰ ਕਸਮ ਤੁਮਾਰੀ ਉਹ ਤੇਗ ਲੱਗੂ ਨਾਲ ਲਹੂ ਦੇ ਹੋਵਨ ਨਹਿਰਾਂ ਜਾਰੀ ਹੱਲਾ ਬੋਲਿਆ ਪੀਰ ਨੇ ਤੇਗ ਫੜ ਲਈ ਭਾਰੀ ਉਹ ਲੱਖਾਂ ਮਾਰੇ ਸੂਰਮੇ ਉਹ ਲੱਖਾਂ ਮਾਰੇ ਸੂਰਮੇ ਬੇਅੰਤ ਸ਼ੁਮਾਰੀ ਉਹ ਬਈ ਗਿਆ ਅਸਮਾਨ ਮੁੜ ਕੇ ਕਿਤਨੀ ਵਾਰੀ ਓਏ ਜਦੋਂ ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਅਨਹੋ ਮੌਲਾ ਦੀ ਕਸਮ ਖਾ ਕੇ ਜੰਗ ਨੂੰ ਚੜ੍ਹੇ ਤੇ ਵੱਡਿਆਂ ਵੱਡਿਆਂ ਸੂਰਮਿਆਂ ਦੇ ਸਿਰ ਤਨ ਤੋਂ ਜੁਦਾ ਕਰ ਦਿੱਤੇ ਤੇ ਅੱਲਾਹ ਤਾਲਾ ਨੇ ਮਿਕਾਇਲ ਨੂੰ ਹੁਕਮ ਦਿੱਤਾ ਮਿਕਾਇਲ ਛੇਤੀ ਜਾ ਕੇ ਮੀਂਹ ਬਰਸਾ ਤਾਂ ਜੇ ਲਹੂ ਘੋੜੇ ਦੇ ਤੰਗ ਨਾਲ ਲੱਗ ਜਾਵੇ ਤੇ ਮੇਰੇ ਦੋਸਤ ਦੀ ਕਸਮ ਪੂਰੀ ਹੋ ਜਾਵੇ ਨਹੀਂ ਤੇ ਉਹ ਸਾਰੀ ਦੁਨੀਆ ਵੀ ਕਤਲ ਕਰ ਦਊ ਤੇ ਇਹ ਖੂਨ ਘੋੜੇ ਦੇ ਤੰਗ ਨਾਲ ਨਹੀਂ ਲੱਗਣਾ ਮਿਕਾਇਲ ਜਾ ਕੇ ਮੈਦਾਨ ਵਿੱਚ ਬਾਰਿਸ਼ ਬਰਸਾਉਂਦਾ ਏ ਤੇ ਸਾਦਕ ਪੱਟੀ ਪੇਸ਼ ਕਰਦਾ ਹੈ ਉਹ ਦਿੱਤਾ ਹੁਕਮ ਖੁਦਾ ਨੇ ਮਿਕਾਇਲ ਦੇ ਤਾਈ ਉਹ ਛੇਤੀ ਜਾ ਮੈਦਾਨ ਤੇ ਬਾਰਿਸ਼ ਬਰਸਾਈ ਮੇਰੀ ਕਸਮ ਥਾਲੀ ਅਲੀ ਨੇ ਉਹਨੇ ਮੁੜਨਾ ਨਾਈ ਉਹ ਕਤਲ ਕਰੇ ਸਭ ਦੁਨੀਆ ਨੂੰ ਉਸ ਚੁੱਕਣਾ ਨਾਈ ਜਦ ਕਸਮ ਬਰਾਬਰ ਹੋ ਗਈ ਜਦ ਕਸਮ ਬਰਾਬਰ ਹੋ ਗਈ ਸ਼ਾਮ ਮੁੜੇਗਾ ਤਾਈ ਉਹ ਰੱਬਾ ਸਿਫਤਾਂ ਤੇਰੀਆਂ ਕਿਸੇ ਭੇਤ ਨਹੀਂ ਪਾਇਆ ਜੋ ਚਾਹੇ ਸੋ ਕਰ ਦੇਵੇਂ ਤੂੰ ਪਾਖਦਾਇਆ ਹੋਇਆ ਹੁਕਮ ਖੁਦਾ ਦਾ ਉਹ ਚੜ ਬਦਲ ਆਇਆ ਆ ਕੇ ਵਿੱਚ ਮੈਦਾਨ ਦੇ ਉਹਨੇ ਮੀਂਹ ਬਰਸਾਇਆ ਉਹ ਲਹੂ ਤੇ ਪਾਣੀ ਰਲ ਕੇ ਤੇਗ ਨਾਲ ਲਗਾਇਆ ਕੀਤਾ ਇੰਜ ਮੈਦਾਨ ਦਾ ਉਹ ਕੀਤਾ ਇੰਜ ਮੈਦਾਨ ਦਾ ਮੇਰੇ ਪੀਰ ਸਫਾਇਆ ਸ਼ਾਦੀ ਕਸਮ ਬਰਾਬਰ ਹੋ ਗਈ ਫਿਰ ਮੁੜ ਕੇ ਆਇਆ ਮੇਰੇ ਦੋਸਤੋ ਜਦੋਂ ਹਜ਼ਰਤ ਅਲੀ ਮੈਦਾਨ ਫਤਿਹ ਕਰਕੇ ਵਾਪਸ ਆ ਗਏ ਬੇਗਮ ਕੂਕਾਂ ਤੇ ਹਾੜੇ ਕਰਦੀ ਏ ਤੇ ਕਹਿੰਦੀ ਏ ਯਾ ਹਜ਼ਰਤ ਮੇਰੇ ਵੱਲੋਂ ਸਾਰੀ ਦੁਨੀਆ ਕਤਲ ਕਰ ਦਿਓ ਪਰ ਮੇਰੀ ਦੁਨੀਆ ਤੇ ਉਜੜ ਗਈ ਉੱਥੇ ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਅਨਹੋ ਆਪਣੇ ਪਰਵਰਦਿਗਾਰ ਅੱਗੇ ਅਰਜ਼ਾਂ ਕਰਦੇ ਨੇ ਉਹ ਕੀ ਅਰਜ਼ਾਂ ਕਰਦੇ ਨੇ ਸਾਦਕ ਪੱਟੀ ਪੇਸ਼ ਕਰਦਾ ਹਜ਼ਰਤ ਅਲੀ ਪੀਰ ਨੇ ਜਦੋਂ ਸੀਸ ਨਵਾਇਆ ਵਿੱਚ ਦਰਬਾਰ ਖੁਦਾ ਦੇ ਇੱਕ ਅਰਜ਼ ਸੁਣਾਇਆ ਉਹ ਸ਼ਰਮਾ ਰੱਖ ਲੈ ਮੇਰੀਆਂ ਉਹ ਸ਼ਰਮਾ ਰੱਖ ਲੈ ਮੇਰੀਆਂ ਮੇਰੇ ਪਾਖਦਾਇਆ ਕੁਦਰਤ ਵੱਲੋਂ ਗੈਬ ਚੋਂ ਇੱਕ ਆਵਾਜ਼ ਆਇਆ
ਤੂੰ ਕਿਵੇਂ ਆਇਆ ਸੋਹਣਿਆ ਮੌਲਾ ਨੇ ਫਰਮਾਇਆ ਹਜ਼ਰਤ ਅਲੀ ਪੀਰ ਨੇ ਇਹ ਆਖ ਸੁਣਾਇਆ ਤੂੰ ਚੰਗਾ ਕੀਤਾ ਮਾਲਕਾ ਜੋ ਤੈਨੂੰ ਪਾਇਆ ਹੁਣ ਦੇਵੀ ਉਮਰ ਦੂਦ ਨੂੰ ਮੈਂ ਅਰਜ਼ ਸੁਣਾਇਆ ਉਹ ਮਰ ਗਿਆ ਈ ਆਪਣੀ ਬੋਦੀਆਂ ਥੋੜੀ ਉਹ ਮਰ ਗਿਆ ਈ ਆਪਣੀ ਬੋਦੀਆਂ ਥੋੜੀ ਤੇਰੀ ਲਿਖੀ ਮਾਲਕਾ ਕਿਸੇ ਫਿਰ ਨਹੀਂ ਮੋੜੀ ਉਹ ਵਾਵਾ ਸਿਫਤਾਂ ਤੇਰੀਆਂ ਕੀ ਬਣੀ ਹੈ ਜੋੜੀ ਕੜੀਆਂ ਚਾਰ ਮਿਲਾ ਕੇ ਫਿਰ ਤੂੰ ਆਪ ਛੋੜੀ ਬੇਗਮ ਹਾਈ ਮਾਰਦੀ ਫੜ ਮੇਰੀ ਘੋੜੀ ਇਹਨੇ ਪਿੱਛਾ ਨਹੀਂ ਉਹ ਛੋੜਨਾ ਕਿਆਮਤ ਤੋੜੀ ਮੈਂ ਲੱਖਾਂ ਸ਼ੁਕਰ ਗੁਜ਼ਾਰ ਦਾ ਬਣ ਜਾਵੇਂ ਜੋੜੀ ਜਦੋਂ ਹਜ਼ਰਤ ਅਲੀ ਨੇ ਅੱਲਾ ਪਾਕ ਦੀ ਬਾਰਗਾਹ ਵਿੱਚ ਅਰਜ਼ ਗੁਜ਼ਾਰੀ ਤੇ ਗਾਇਬ ਵਿੱਚੋਂ ਆਵਾਜ਼ ਆਈ ਮੇਰੇ ਸੋਹਣਿਆ ਤੂੰ ਮੇਰੀ ਬਾਰਗਾਹ ਵਿੱਚ ਅਰਜ਼ ਕੀਤੀ ਏ ਤੇ ਮੈਂ ਵੀ ਤੈਨੂੰ ਖਾਲੀ ਨਹੀਂ ਮੋੜਦਾ ਇਹਦਾ ਅਗਲਾ ਹਾਲ ਸਾਦਿਕ ਪੱਟੀ ਗਾ ਕੇ ਸੁਣਾ ਰਹੇ ਹਰਦਮ ਲੱਗਦੀ ਰੱਬ ਨੂੰ ਤੇਰੀ ਬਾਤ ਪਿਆਰੀ ਸਵਾ ਪੈਰ ਦੀ ਜ਼ਿੰਦਗੀ ਤੇਰੀ ਨਜ਼ਰ ਗੁਜ਼ਾਰੀ ਹਜ਼ਰਤ ਸ਼ਾਹ ਅਲੀ ਨੇ ਜਦੋਂ ਸੀਸ ਠਾਇਆ ਬਹਿ ਗਿਆ ਸ਼ਾਹ ਦੂਸੀ ਨੇ ਜੋ ਖੁਸ਼ੀ ਦਿਆਇਆ ਉਹ ਵਾਪਸ ਆ ਕੇ ਪੀਰ ਨੇ ਉਹ ਵਾਪਸ ਆ ਕੇ ਪੀਰ ਨੇ ਸਭ ਹਾਲ ਸੁਣਾਇਆ ਸਵਾ ਪੈਰ ਦੀ ਜ਼ਿੰਦਗੀ ਮੌਲਾ ਨੇ ਫਰਮਾਇਆ ਦੋਵਾਂ ਨੂੰ ਕੋਲ ਬਿਠਾ ਕੇ ਨਿਕਾਹ ਪੜਾਇਆ ਨਿਕਾਹ ਪੜਾ ਕੇ ਦੋਵਾਂ ਦਾ ਸ਼ਾਹ ਜੰਗਲ ਆਇਆ ਜਦੋਂ ਦੋਹਾਂ ਦਾ ਨਿਕਾਹ ਹੋ ਗਿਆ ਤੇ ਰੱਬ ਦੀ ਕੁਦਰਤ ਫਰਿਸ਼ਤਾ ਖਾਣਾ ਲਿਆ ਕੇ ਦੋਵਾਂ ਦੇ ਦਰਮਿਆਨ ਰੱਖ ਗਿਆ ਬੇਗਮ ਕਹਿਣ ਲੱਗੀ ਦਾਊਦ ਬਾਦਸ਼ਾਹ ਖਾਣਾ ਖਾ ਦਾਊਦ ਬਾਦਸ਼ਾਹ ਕਹਿਣ ਲੱਗਾ ਮੈਂ ਉਦੋਂ ਤੱਕ ਖਾਣਾ ਨਹੀਂ ਖਾਣਾ ਜਦੋਂ ਤੱਕ ਸਾਡਾ ਬੇੜਾ ਬੰਨੇ ਨਾ ਲੱਗਾ ਦਾਊਦ ਬਾਦਸ਼ਾਹ ਕਹਿਣ ਲੱਗਾ ਮੇਰੇ ਪੀਰ ਨੇ ਫਰਮਾਇਆ ਏ ਭਈ ਮੇਰੀ ਸਵਾ ਪੈਰ ਦੀ ਜ਼ਿੰਦਗੀ ਏ ਮੈਂ ਖਾਣਾ ਖਾ ਕੇ ਕੀ ਕਰਨਾ ਏ ਇੰਨੀਆਂ ਗੱਲਾਂ ਹੋ ਰਹੀਆਂ ਨੇ ਕਿ ਹਜ਼ਰਤ ਅਲੀ ਰਜ਼ੀ ਅੱਲਾ ਤਾਲਾ ਅਨਹੋ ਜੰਗਲ ਨੂੰ ਸੈਰ ਕਰਨ ਚਲੇ ਜਾਂਦੇ ਨੇ ਇੰਨੇ ਚਿਰ ਨੂੰ ਪੀਰ ਮੱਕੀ ਸ਼ਾਹ ਸਦਾ ਲਗਾਉਂਦੇ ਆ ਜਾਂਦੇ ਨੇ ਕਹਿੰਦੇ ਨੇ ਕੋਈ 12 ਵਰਿਆਂ ਦਾ ਰੋਜ਼ਾ ਖੁਲਾਏ ਅਤੇ ਮੂੰਹੋਂ ਮੰਗੀਆਂ ਮੁਰਾਦਾਂ ਪਾਏ ਦਾਊਦ ਬਾਦਸ਼ਾਹ ਨੇ ਪੀਰ ਮੱਕੀ ਸ਼ਾਹ ਦੀ ਆਵਾਜ਼ ਸੁਣੀ ਅਤੇ ਦਾਊਦ ਭੱਜ ਕੇ ਜਾ ਕੇ ਪੀਰ ਮੱਕੀ ਸ਼ਾਹ ਦੇ ਕਦਮਾਂ 'ਤੇ ਡਿੱਗ ਪਿਆ ਅਤੇ ਉਹ ਕੀ ਅਰਜ਼ਾਂ ਕਰਦਾ ਹੈ ਸਾਦਿਕ ਪੱਟੀ ਪੇਸ਼ ਕਰਦਾ ਹੈ ਉੱਠਿਆ ਸ਼ਾਹ ਦੂਜੀ ਮਨ ਰੱਬ ਧਿਆ ਕੇ ਹੱਥ ਬੰਨ ਕਰਦਾ ਬੇਨਤੀ ਕੋਲ ਸ਼ਾਹ ਦੇ ਆ ਕੇ ਤੁਸੀਂ ਖਾਣਾ ਖਾ ਲਓ ਪੀਰ ਦੀ ਸਾਡੇ ਕੋਲ ਆ ਕੇ ਫਿਰ ਸਾਡਾ ਕਰ ਦਿਓ ਫੈਸਲਾ ਸਾਨੂੰ ਕੋਲ ਬਿਠਾ ਕੇ ਅਸੀਂ ਜਾਈਏ ਸ਼ਹਿਰ ਬਗਦਾਦ ਨੂੰ ਅਸੀਂ ਜਾਈਏ ਸ਼ਹਿਰ ਬਗਦਾਦ ਨੂੰ ਫਿਰ ਰੱਬ ਧਿਆ ਕੇ ਜਾਂ ਫਿਰ ਤੁਸਾਂ ਜਾਉਣਾ ਮੈਨੂੰ ਦਫਨਾ ਕੇ ਉਹ ਬੇਗਮ ਕਹਿੰਦੀ ਆਣ ਕੇ ਸੁਣੋ ਤਰਲਾ ਮੇਰਾ ਉਹ ਬੇਗਮ ਕਹਿੰਦੀ ਆਣ ਕੇ ਸੁਣੋ ਤਰਲਾ ਮੇਰਾ ਤੁਹਾਨੂੰ ਕੋਈ ਮਲੂਮ ਨਹੀਂ ਹੈ ਲੰਮਾ ਛੇੜਾ ਤੁਸੀਂ ਸੁਣ ਲਓ ਨਾਲ ਧਿਆਨ ਦੇ ਪਰਵਾਨਾ ਮੇਰਾ ਮੈਂ ਮਗਰ ਆਈਆਂ ਇਸ ਤੇ ਛੱਡਦਾ ਪੈਂਦਾ ਜਿਹੜਾ ਮੇਰੇ ਦੋਸਤੋ ਬੇਗਮ ਪੀਰ ਮੱਕੀ ਸ਼ਾਹ ਨੂੰ ਕਹਿੰਦੀ ਏ ਪੀਰ ਜੀ ਮੈਂ ਆਪਣਾ ਸਭ ਕੁਝ ਛੱਡ ਕੇ ਇਹਦੇ ਪਿੱਛੇ ਆਈ ਸਾਂ ਹੁਣ ਇਹ ਮੈਨੂੰ ਛੱਡ ਕੇ ਜਾਂਦਾ ਪਿਆ ਏ ਇਹਦੀ ਸਵਾ ਪੈਰ ਦੀ ਜ਼ਿੰਦਗੀ ਏ ਇਹਦੇ ਤੋਂ ਬਾਅਦ ਮੇਰਾ ਕਿਹੜਾ ਬੇਗਮ ਪੀਰ ਮੱਕੀ ਸ਼ਾਹ ਨੂੰ ਸਾਰਾ ਵਾਕਿਆ ਸੁਣਾਉਂਦੀ ਏ ਅਤੇ ਇਸ ਤੋਂ ਬਾਅਦ ਕੀ ਹੁੰਦਾ ਏ ਇਹ ਅਸੀਂ ਤੁਹਾਨੂੰ 7ਵੇਂ ਹਿੱਸੇ ਵਿੱਚ ਦੱਸਾਂਗੇ
मेरे दोस्तों अगर तुहानू साड़ी दास्तान पसंद आवे तो अपने कमेंट्स में जरूर दसना, बेशक अपनियां फरमाइशां करके किसी दास्तान बारे दसना, असी तुहाड़ियां वो फरमाइशां जरूर पूरियां करांगे। इहदे नाल ही सादिक पट्टी लाला जी ते शायर नज़ीर सुल्तानी नू सुल्तानी स्टूडियो वालों इजाज़त दिओ। असी फिर किसी नवी दास्तान नाल दोबारा हाजिर होवांगे। अपना बहुत सारा ख्याल रखना, सानू अपनियां दुआवां याद रखना। रब रख, रब रख।